ਇੱਥੇ ਫੁੱਟਪਾਥ ਤੇ ਆਮ ਗੱਡੀਆਂ ਲੱਗੀਆਂ ਹੁੰਦੀਆਂ ਡੇਲੀ ਲੱਗਦੀ ਅੱਜ ਦੀਆਂ ਨੇ ਬਹੁਤ ਪੁਰਾਣੀਆਂ ਲੱਗਦੀਆਂ ਆ ਆ ਗੱਡੀ ਦੇ ਟਾਇਰ ਦੋਨੇ ਗਏ ਆ ਲੋਏ ਵੀਲ ਨਾਲ ਗਏ ਐਲਸੀਡੀ ਲੈ ਗਏ ਆ ਸਿਸਟਮ ਲੈ ਗਏ ਆ ਚਾਚਾ ਜੀ ਦੀ ਕਰੇਟਾ ਗੱਡੀ ਲੱਗੀ ਲੋਏ ਵੀਲ ਸਮੇਤ ਚਾਰੇ ਟਾਇਰ ਉਹਦੇ ਲੈ ਗਏ ਆ ਆਪਣੀ I-20 ਲੱਗੀ ਇੱਕ ਵੀਹ ਇੱਕੀ ਮਾਡਲ ਨਵੀਂ I-20 ਉਹਦਾ ਸ਼ੀਸ਼ਾ ਤੋੜ ਕੇ ਉਹਦੇ ਕਾਗਜ਼ ਪੱਤਰ ਸਾਰਾ ਕੁਛ ਲੈ ਗਏ ਆ ਇੱਕ ਆ ਬੂਟਰ ਰੋਡ 'ਤੇ ਦੋ ਤਿੰਨ ਉੱਥੇ ਵੀ ਚੋਰੀਆਂ ਹੋਈਆਂ ਇੱਕੋ ਰਾਤ 'ਚ ਸਾਰੀਆਂ ਚੋਰੀਆਂ ਹੋਈਆਂ ਐਕਟਿਵਾ ਦੇ ਦੋ ਮੁੰਡੇ ਆਏ ਆ ਸਾਰਾ ਕੁਛ ਕੈਮਰਿਆਂ 'ਤੇ ਸਾਰਾ ਸਾਫ਼ ਪਤਾ ਲੱਗਦਾ ਪਿਆ ਆ ਕੀ ਮੰਗ ਕਰਦੇ ਮੰਗ ਤਾਂ ਅੱਗੇ ਵੀ ਬੜਿਆਂ ਨੇ ਕੀਤੀ ਹੈ ਜੀ ਮੰਗਦੇ ਹੀ ਰਹਿ ਗਏ ਤਾਂ ਫਿਰ ਕੁਝ ਨਹੀਂ ਮਿਲਣਾ ਇੱਕੋ ਕਰਨਾ ਪੈਣਾ ਆਪ ਹੀ ਮੰਗ ਤਾਂ ਸਾਰੇ ਜਿੰਨੇ ਵੀ ਬਿਆਨ ਮੈਂ ਵੇਖੇ ਹੁਣ ਤੱਕ ਸਾਰੇ ਮੰਗ ਹੀ ਕਰਦੇ ਆ ਮੰਗਿਆਂ ਦੇ ਕੁਛ ਨਹੀਂ ਮਿਲਣਾ ਬਾਕੀ ਪ੍ਰਸ਼ਾਸਨ ਸਾਰਾ ਇੱਥੇ ਆਪਣੇ ਨਾਲ ਆ ਕੋਈ ਗੱਲ ਨਹੀਂ ਗੱਲ ਹੋਈ ਉਹਨਾਂ ਨਾਲ ਵੀ ਕਰਦੇ ਆ ਵੀ ਕਰਦੇ ਜਾਂਚ ਪੜਤਾਲ ਸਾਰੀ ਕਰਦੇ ਲੱਗਦਾ ਪਤਾ ਲੱਗਦਾ ਨਾ ਗਿੰਨੀ ਭੱਟੀਆ ਮੈਂ ਸਾਫ ਕੈਮ ਸੀ ਆ ਮੇਰੀ ਗੱਡੀ ਲੱਗੀ ਸੀ ਪਿੰਡਰ ਪਬਲਿਕ ਸਕੂਲ ਦੀ ਬੈਕ ਸਾਈਡ 'ਤੇ ਉਹਦਾ ਕਾਫੀ ਨੁਕਸਾਨ ਕਰ ਗਿਆ ਇੱਕ ਆਪਣੇ ਭਾਜੀ ਵਿਆਲੇ ਦੀ ਗੱਡੀ ਲੱਗੀ ਸੀ ਉਹਨਾਂ ਦਾ ਵੀ ਚਾਰੇ ਟਾਇਰ ਲੈ ਕੇ ਲੈ ਗਏ ਇੱਕ ਸੀਟੇ ਭਾਜੀ ਸਾਡੇ ਵਾਈਟ ਟਾਇਰ ਨਹੀਂ ਰਹਿੰਦੇ ਉਹਨਾਂ ਦੇ ਚਾਰੇ ਟਾਇਰ ਲੈ ਗਏ ਇੱਕ ਆਰੀਆ ਸਵਾਜ ਸਾਹਮਣੇ ਰਿੰਕੂ ਭਾਜੀ ਆਰਤੀਆਂ ਨੇ ਉਹਨਾਂ ਦੇ ਦੋਵੇਂ ਟਾਇਰ ਲਾ ਕੇ ਲੈ ਗਏ ਕੁੱਲ ਕਿੰਨੀਆਂ ਚੋਰੀਆਂ ਅੱਜ ਮੇਰੇ ਕੋਲ 5-6 ਚੋਰੀਆਂ ਹੋਈਆਂ ਵੱਧ ਮੈਂ SHO ਸਾਹਿਬ ਕੋਲ ਇਹੋ ਹੀ ਮੰਗ ਕਰਨਾ ਵੀ ਅਸੀਂ ਸਾਰਾ ਸ਼ਹਿਰ ਸਾਥ ਦੇਵਾਂਗੇ ਅਤੇ ਇਹਨਾਂ ਨੂੰ ਜਲਦ ਤੋਂ ਜਲਦੀ ਫੜਿਆ ਜਾਵੇ